ਕੀ ਹਾਲ ਹੈ ਭਾਜਨ ਕਰੀਏ ਤੇ ਠੀਕ ਸਰ ਅੱਲਾ ਵਾਹਿਗੁਰੂ ਕਿਹੜੇ ਇਲਾਕੇ ਖੜੇ ਆ ਇਹ ਧਨੋੜ ਦੇ ਨਾਮ ਮੌਜ਼ਾ ਨਸੀਰ ਦੀ ਵੈਂਡ ਅੱਛਾ ਕੀ ਨਾਮ ਜਨਾਬ ਦਾ ਹਾਜੀ ਰਿਆਦ ਸਰ ਅੱਛਾ ਕਿੰਨੇ ਏਕੜ ਦੀ ਕਾਸ਼ ਹੈ ਤੁਹਾਡੀ ਮਾਸ਼ਾਅੱਲਾ 27 ਏਕੜ ਦੀ 27 ਏਕੜ ਇਹ ਕਿਹੜੀ ਵੈਰਾਈਟੀ ਆਪ ਲਾਈ ਹੈ ਇਹ ਚੈਂਪੀਅਨ ਹੈ ਜੀ ਇਹ ਚੈਂਪੀਅਨ ਹੈ ਜੀ ਗ੍ਰੀਨ ਗੋਲਡ ਵਾਲੋਂ ਕੀ ਚੈਂਪੀਅਨ ਇੰਪੋਰਟ ਬਾਈ ਗ੍ਰੀਨ ਗੋਲਡ ਫੈਸਲਾਬਾਦ ਅੱਛਾ ਮੈਂ ਇਸ ਵੈਰਾਈਟੀ ਤੋਂ ਤੁਸੀਂ ਕਿਵੇਂ ਮਤਮੈਨੋ ਮਾਸ਼ਾਅੱਲਾ ਇਹ ਸਾਰੇ ਦੁਆੜੇ ਕਹਿਣ ਦੀ ਲਾਈ ਸੀ ਤੇ ਮਾਸ਼ਾਅੱਲਾ ਇਹਦੀ ਮਿਰਚ ਦਾ ਸਾਇਜ਼ ਵੇਖ ਕੇ ਦਿਲ ਕਰ ਜਾਏਗਾ ਅਗਲੇ ਸਾਲ ਸਾਰੇ ਇਹੀ ਕਾਹ ਅਲਹਮਦੁਲਿਲਾ ਇਹ ਵੈਰਾਈਟੀ ਮਾਸ਼ਾਅੱਲਾ ਤੁਸੀਂ ਬੜੀ ਜ਼ਬਰਦਸਤ ਇਹ ਕਿੰਨੇ ਏਕੜ ਲਾਈਏ ਤੁਸੀਂ ਚੈਂਪੀਅਨ ਗ੍ਰੀਨ ਗੋਲਡ ਦੀ ਸਰ ਇਸ ਦਫਾ ਤਾਂ ਮੈਂ ਤਜਰਬੇ ਤੌਰ ਤੇ ਇੱਕ ਕੜੀ ਲਾਈ ਅੱਛਾ ਮਾਸ਼ਾਅੱਲਾ ਲੇਕਿਨ ਜਿਸ ਤਰ੍ਹਾਂ ਮਿਰਚ ਚਲੇ ਜੀ ਇਨਸ਼ਾਅੱਲਾ ਅਗਲੇ ਸਾਲ ਦੁਬਾਰਾ ਕਾਸ਼ ਅੱਛਾ ਮਾਸ਼ਾਅੱਲਾ ਅਗਰ ਫਰਜ਼ ਕਰੋ ਤੁਹਾਨੂੰ ਆਸਾਨ ਹੈ ਕਿ ਅਗਲੇ ਸਾਲ ਤੋਂ ਇਹਦਾ ਇੰਤਖਾਬ ਕਰੋ ਕਿੰਨੇ ਏਕੜ ਦਾ ਕਰੇ ਸੋ ਇਸ ਵੈਰਾਈਟੀ ਦਾ ਕਮ ਸ ਕਮ 15 ਕਿਲੋ ਦਾ ਅੱਛਾ ਮਾਸ਼ਾਅੱਲਾ ਇਹ ਥੋੜਾ ਵਿਖਾਈ ਸੋ ਸਾਡੇ ਕੈਮਰੇ ਦੇ ਨਾਲ ਵਿਊਜ਼ ਦੇ ਆ ਵਣ ਆਪਣਾ ਜ਼ਿੰਮੇਦਾਰ ਭਾਜਾ ਨੂੰ ਕਿ ਭਈ ਇਹ ਫਰੂਟਿੰਗ ਦਿਖਾਉਂਦੇ ਹਾਂ ਮਾਸ਼ਾਅੱਲਾ ਆ ਵੇਖੋ ਨਾ ਜੀ ਵਿੱਚ ਵੇਖੋ ਫਰੂਟਿੰਗ ਇਹ ਮਾਸ਼ਾਅੱਲਾ ਫਰੂਟਿੰਗ ਹੈ ਆ ਵਿੱਚ ਦਰਮਿਆਨ ਚ ਵੇਖੋ ਜੀ ਮਾਸ਼ਾਅੱਲਾ ਮਿਰਚ ਦਾ ਸਾਇਜ਼ ਦੇਖੋ ਕਿਤਨਾ ਮਾਸ਼ਾਅੱਲਾ ਹਾਲੀ ਹੈ ਉੱਤੇ ਫੁੱਲਾਂ ਤੇ ਆਉਂਦੀ ਪਈ ਹੈ ਮਾਸ਼ਾਅੱਲਾ ਨਾ ਪ੍ਰੋਬਲਮ ਵੀ ਹੈ ਮਾਸ਼ਾਅੱਲਾ ਤੇ ਹੁਣ ਇਹਨੂੰ ਇਨਸ਼ਾਅੱਲਾ ਪੋਟਾਸ਼ ਵੀ ਅਜੇ ਨਹੀਂ ਪਾਈ ਪੋਟਾਸ਼ ਪਾ ਦੇਾਂਗੇ ਨਾ ਜੀ ਸਹੀ ਇਨਸ਼ਾਅੱਲਾ ਅਲਹਮਦੁਲਿਲਾ ਵੈਰਾਈਟੀ ਤੇ ਸਮਝ ਮੈਂ ਨਾ ਮਾਸ਼ਾਅੱਲਾ ਜ਼ਬਰਦਸਤ ਠੀਕ